ਪੇਪਰ ਲੈ ਕੇ ਸਾਰੇ ਕਾਗਜ਼ ਲੈ ਗਏ ਸਾਰੇ ਫਾਰਮ ਪਾਲੇ ਆ। ਇਹ ਕਿੱਥੋਂ ਦੇ ਬੰਦੇ ਸੀ? ਭਾਜੀ ਇੱਕ ਮਿੰਟ, ਪਿੰਡ ਦੱਸੋ, ਸਾਰਾ ਕੁਝ ਦੱਸੋ। ਬਦਨਾਮ ਕਰਦੇ ਆਪਣੇ ਆਮ ਆਦਮੀ ਪਾਰਟੀ ਨੂੰ। ਨਹੀਂ, ਇੱਥੇ ਕੀ ਮਸਲਾ? ਇੱਥੇ ਮਸਲਾ ਨੋਨੀ ਆਉਟੀਆਂ ਚਹਿਤਿਆਂ ਦੀਆਂ ਫਾਈਲਾਂ ਲੈ ਕੇ ਦੂਜਿਆਂ ਨੂੰ ਬਦਨਾਮ ਕਰਦੇ। ਤੁਹਾਡੇ ਸਾਹਮਣੇ ਆ ਕੇ ਬੱਬੂ ਹੋਰੀ, ਉਹਨਾਂ ਨੂੰ ਪੁੱਛੋ ਵੀ ਤੁਹਾਡੀਆਂ ਬਾਬਲ ਚੇਅਰਮੈਨ ਦੀਆਂ ਫਾਈਲਾਂ ਕਿੱਥੇ ਹੈ? ਉਹ ਬਾਹਰ ਖੜੇ ਨਾ ਸਾਡੇ ਨਾਲ ਦਾ, ਪੁੱਛੋ ਵੀ ਉਹਨਾਂ ਦੀਆਂ ਫਾਈਲਾਂ ਕਿੱਥੇ ਹੈ? ਹੁਣ ਇੱਥੇ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ? ਅੰਦਰ ਜਿਹੜੇ ਵੜੇ ਅਕਾਲੀ ਦਲ ਦੇ ਆ, ਤੁਹਾਨੂੰ ਵਿਖਾਉਣੇ ਆ ਨੋਨੀ ਮਾਨ ਹੋਰੀ ਸਾਰੇ ਆ ਬੈਕ ਸਾਈਡ ਦੇ ਅੰਦਰ ਵੜੇ ਕਿਹੜੇ ਪ੍ਰਸ਼ਾਸਨ ਬਾਈ 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 ਇਹ ਕਿਹੜੇ ਮਕਸਦ ਨੂੰ ਲੈ ਕੇ ਵੜੇ ਨੇ? ਇਹ ਇਹ ਫਾਈਲਾਂ ਭਰਨ ਗਏ ਨੇ ਆਪਦੀਆਂ। ਉਧਰ ਵੱਡਾ ਖੇਡ ਸਪੈਸ਼ਲ ਫਾਈਲਾਂ ਲੈ ਲੈ ਕੇ ਬੰਦ ਕਰ ਛੱਡਿਆ। ਪੁਲਿਸ ਪ੍ਰਸ਼ਾਸਨ ਵੀ ਅੰਦਰ ਆ, ਪ੍ਰਸ਼ਾਸਨ ਆ ਖੜਾ, ਤੁਹਾਡੇ ਕੋਲੇ ਸਵਾਲ ਕਰੋ ਇਹਨਾਂ ਨੂੰ ਪੁੱਛੋ। ਲਾਈਵ ਤਸਵੀਰਾਂ ਦਿਖਾ ਰਹੇ ਆ ਹਲਕਾ ਵਿਧਾਇਕ ਜਿਹੜੇ ਪਹੁੰਚ ਚੁੱਕੇ ਨੇ ਤਾਂ ਅੰਦਰ ਹਲਕਾ ਵਿਧਾਇਕ ਜਿਹੜੀ ਕਿਸੇ ਨੇ ਨੀ ਬੋਲਣਾ, ਚੁੱਪ ਕਰ ਜਾਓ। ਸਾਨੂੰ ਬਿਲਕੁਲ ਐਮਐਲਏ ਸਾਹਿਬ ਵੀ ਪਹੁੰਚ, ਐਮਐਲਏ ਸਾਹਿਬ ਜਿਹੜਾ ਨੋਨੀ ਮਾਨ ਜੀ ਅੰਦਰ ਪਹੁੰਚੇ ਹੋਏ ਨੇ, ਕੀ ਕਹਿਣਾ ਤੁਹਾਡਾ? ਇਹ ਕਾਲਜ ਦਾ ਗੇਟ ਹੈ। ਹਾਂਜੀ, ਠੀਕ ਹੈ ਜੀ। ਜਸਟ ਅਕਾਲੀ ਦਲ ਦੇ ਜਿਹੜੇ ਬਦਮਾਸ਼ ਕੱਲ ਗੱਲਾਂ ਕਰਦੇ ਸੀ, ਹੁਣ ਵਿੱਚੋਂ ਕਾਲਜ ਦੇ 2 ਨੰਬਰ ਦੇ ਵਿੱਚੋਂ ਲੰਘ ਕੇ ਜਿਹੜੇ ਲੋਕ ਵਿਚਾਰੇ ਸਵੇਰੇ 7 ਵਜੇ ਦੇ ਲਾਈਨਾਂ 'ਚ ਖੜੇ ਹੈ। ਸੋ ਆਈ ਵਾਂਟ ਵੀ ਪੀਸਫੁਲੀ ਕੰਮ ਚੱਲੇ, ਆਦੇ ਕਾਗਜ਼ ਪਰ ਸਾਨੂੰ ਕੋਈ ਇਤਰਾਜ਼ ਨਹੀਂ। ਇਧਰ ਦੀ ਪਰਮਿਸ਼ਨ ਹੈ ਵੀ ਇਧਰ ਦੀ ਕਾਗਜ਼ ਪਰਮਿਸ਼ਨ ਨਹੀਂ ਕਿਸੇ ਇੱਥੇ ਆ ਕਿਸੇ ਕਮਰੇ 'ਚ ਹੋਣਗੇ, ਅੰਦਰ ਹੀ ਰੱਖੇ ਨੇ। ਇੱਧਰ ਪਿੱਛੇ ਨੀ ਰੱਖੋ, ਪਿੱਛੇ ਉੱਧਰ ਹੀ ਰੱਖੇ ਆ। ਗੱਲ ਸਿਰਫ ਇੰਨੀ ਹੈ ਵੀ ਹਰ ਬੰਦੇ ਦਾ ਹੱਕ ਹੈ ਨੋਮੀਨੇਸ਼ਨ, ਪਰ ਜੇ ਤੁਸੀਂ ਸੋਚੋ ਵੀ ਲਾਈਨ 'ਚ ਨੀ ਲੱਗਣਾ, ਵੇਖੋ ਵੀ ਸਾਰੇ ਲਾਈਨ 'ਚ ਖੜੇ, ਹਰ ਪਾਰਟੀ ਦੇ ਬੰਦੇ ਲਾਈਨ 'ਚ ਖੜੇ। ਇੱਕ ਮਿੰਟ, ਕਿਸੇ ਪਾਰਟੀ ਦਾ ਕੋਈ ਤਲਕ ਵਸਤਾ ਨਹੀਂ, ਪਰ ਗੱਲ ਹੈ ਅਸੀਂ ਚਾਹੁੰਦੇ ਹਾਂ ਪੀਸਫੁਲ ਇਲੈਕਸ਼ਨ ਹੋਵੇ, ਹੋਊਗਾ ਵੀ ਨਾਲੇ 100%, ਪਰ ਜਿਹੜੀਆਂ ਬਦਮਾਸ਼ੀਆਂ ਕਰਦੇ ਉਹ ਨਹੀਂ ਚੱਲਣੀਆਂ ਵੀ ਧੱਕੇ ਨਾਲ ਅਸੀਂ ਵੜ ਕੇ ਲਾਈਨ 'ਚ ਲੱਗਣਾ ਤਾਂ ਲਾਈਨ 'ਚ ਪਊ। ਤੁਹਾਡੇ ਆਉਣ ਤੋਂ ਪਹਿਲਾਂ ਬੋਬੀ ਮਾਨ ਕੁਝ ਸਮਾਂ ਪਹਿਲਾਂ ਅੰਦਰ ਸੀਗੇ ਤਾਂ ਹੁਣ ਕਿੱਧਰ ਗਏ ਨੇ? ਕੋਈ ਗੱਲ ਨਹੀਂ, ਵੇਖੋ ਫਿਰ ਲੁਕਦੇ ਕੋ ਫਿਰਦੇ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਕੋਈ ਇਲੈਕਸ਼ਨ ਗੜਬੜ ਨਾ ਹੋਵੇ, 100% ਇਲੈਕਸ਼ਨ ਕਰਾਵਾਂਗੇ। ਸਾਡਾ ਤਾਂ ਇੱਕੋ ਟੀਚਾ ਹੈ, ਪੰਚਾਇਤਾਂ ਬਹੁਤ ਜ਼ਰੂਰੀ ਹੈ। ਇਹਨਾਂ ਨੇ ਸਾਰੀ ਜ਼ਿੰਦਗੀ ਕਬਜ਼ੇ ਕਰਕੇ ਪੰਚਾਇਤਾਂ ਚਲਾਈਆਂ, ਹੁਣ ਉਹ ਕਬਜ਼ੇ ਕਰਕੇ ਚੱਲੀਆਂ, ਪਿੰਡਾਂ 'ਚੋਂ ਚੱਲਣਗੀਆਂ, ਪਿੰਡਾਂ ਦੇ ਲੋਕ ਵੋਟ ਪਾ ਕੇ ਪੰਚਾਇਤਾਂ ਬਦਮਾਸ਼ੀ ਨਿਕਲ ਰਹੀ ਹੈ ਜੋ ਟਾਈ ਕਰਦਾ।
ਜਿਸ ਤਰੀਕੇ ਨਾਲ ਹੋ ਰਿਹਾ ਪਹਿਲੀ ਵਾਰ ਜਲਾਲਾਬਾਦ ਚ ਹੋਇਆ ਵੀ ਇਲੈਕਸ਼ਨ ਅਸੀਂ ਚਾਹੁੰਦੇ ਸੀ, ਹਰ ਬੰਦੇ ਨੂੰ ਐਨਓਸੀ ਮਿਲੀ, ਹਰ ਬੰਦੇ ਨੂੰ ਚੁੱਲ੍ਹਾ ਟੈਕਸ ਮਿਲਿਆ, ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਵਾਇਤ ਸੀ ਵੀ ਕਿਸੇ ਨੂੰ ਦਿੱਤਾ ਨਹੀਂ। ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਰਤੂਤ ਕੀਤੀ, ਰੋਜ਼ ਧਰਨੇ ਲਾਉਂਦੇ 5 ਵਜੇ ਜਾ ਕੇ ਭੀੜ ਜਾਂਦੇ ਜੇ ਦਫ਼ਤਰ ਬੰਦ ਹੋ। ਚਲੋ ਸਾਰਿਆਂ ਦੀ ਐਨਓਸੀ ਮਿਲ ਗਿਆ, ਸਾਰੇ ਬੰਦੇ ਸਵੇਰ ਦੇ 7 ਵਜੇ ਲਾਈਨਾਂ ਚ ਲੱਗੇ, ਰਾਤ ਦੇ ਇੱਧਰ ਦੀ ਰਾਤ ਦੇ ਲੱਗੇ, ਇੱਧਰ ਕੋਈ ਐਂਟਰੀ ਨਹੀਂ ਗਰਲਸ ਕਾਲਜ ਸਾਡੀ ਬੇਟ ਜਾਂਦਾ, ਪਿੱਛੋਂ ਦੀ ਇੱਕ ਗੇਟ ਜਾਂਦਾ। ਸਾਰੇ ਜਿਹੜੇ ਪੁਰਾਣੇ ਲੀਡਰ ਜਿਹਨਾਂ ਨੂੰ ਆਦਤਾਂ ਪਈਆਂ ਪੁਰਾਣੀਆਂ, ਇਹ ਕੰਮ ਨਹੀਂ ਚੱਲਣਾ, ਅਜੇ ਲਾਈਨ ਚ ਲੱਗ ਜਾਓ ਭਾਵੇਂ 200 ਫਾਇਲਾਂ ਦੀ ਭਰਾ ਲਓ, ਸਾਨੂੰ ਕੋਈ ਕੰਮ ਨਹੀਂ, ਸ਼ਰੀਅਮ ਇਲੈਕਸ਼ਨ ਕਰਾਵਾਂਗੇ। ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ? ਜਿਹਨੇ ਕਰਤੂਤ ਮਾੜੀ ਕੀਤੀ ਹੈ ਉਹ 100% ਭੁਗਤੂਗਾ, ਇਹਦੇ ਚ ਕੋਈ ਨਹੀਂ। ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਕਿਸ ਤਰੀਕੇ ਦੀ ਹੈ? ਬਿਲਕੁਲ 100% ਜਿਹੜਾ ਬੰਦਾ ਜਿਹਨੇ ਕਰਤੂਤ ਕੀਤੀ ਹੈ, ਜਿਹਨੇ ਅੰਦਰ ਜਾਣ ਦਿੱਤੇ, ਐਮਐਲਏ ਸਾਹਿਬ ਜਿਹੜੇ ਇਸ ਗੇਟ ਤੇ ਨੇ, ਇਹਨਾਂ ਨੇ ਅੱਗੇ ਪ੍ਰੈਸ ਵਾਲਿਆਂ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ। ਬਿਲਕੁਲ ਜਿਹਨੇ ਉਹਨੇ ਕਰਤੂਤ ਕੀਤੀ ਹੈ, ਜਿਹੜੇ 2 ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋਣ। ਕਿਹੜੇ ਕਿਹੜੇ ਬੰਦੇ ਅੰਦਰ ਵੜੇ ਆ ਜੀ ਇਧਰੋਂ? ਇਧਰੋਂ ਨੋਨੀ ਮਾਨ ਤੇ ਬੌਬੀ ਮਾਨ ਔਰ ਸਾਲ ਉਹਨਾਂ ਦੇ 10 ਮਾਨ। ਸ਼ੇਰ ਸਿੰਘ ਘੁਬਾਇਆ ਦਾ ਵੀ ਦੱਸ ਰਹੇ ਨੇ ਹੁਣ ਅੱਗੇ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਪ੍ਰਬੰਧ ਕੀਤਾ ਗਿਆ? ਪੂਰਾ ਉਹਨਾਂ ਨੇ ਬੰਦ ਕਰ ਲਿਆ, ਉਹਦੀ ਗੱਡੀ ਹੈ ਬੌਬੀ ਮਾਨ ਦੀ ਜਿਹੜੀ ਇਹਨਾਂ ਨੇ ਫੜੀ ਆ, ਵਾਰ ਵੇਖ ਲਓ ਤੁਹਾਡੇ ਸਾਹਮਣੇ। ਪਰ ਇਹ ਸੋਚਣ ਵੀ ਐ ਬਦਮਾਸ਼ੀ ਨਾਲ ਕੰਮ ਚਲਾ ਲੈਣਗੇ, ਇਲੈਕਸ਼ਨ ਲੜੋ ਪਿੰਡਾਂ ਚ ਜਾ ਕੇ, ਤੁਹਾਡੇ ਚ ਜਾਨ ਨਹੀਂ ਆ ਤੇ ਜਿੱਤ ਤੋਂ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਧੱਕਾ ਅੱਗੇ ਵਾਲਾ ਕੰਮ ਨਹੀਂ ਚੱਲਣਾ ਜਿਹੜਾ ਗੁੰਡਾਗਰਦੀ ਤੁਸੀਂ ਕਰਕੇ ਲੋਕਾਂ ਤੋਂ ਫਾਈਲਾਂ ਖੋਹ ਕੇ ਲੋਕਾਂ ਨੂੰ ਲਾਈਨ ਚ ਲੱਗਣ ਦੇ।